ਸਿੱਧੂ ਮੂਸੇਵਾਲੇ ਦੇ ਨਵੇਂ ਸੌਂਗ ਬਾਰੇ ਸੁਣਿਆ ਤੁਸੀਂ ਪਹਿਲੇ ਦੱਸੋ ਜੀ। ਮੈਂ ਸੌਂਗ ਤਾਂ ਨਹੀਂ ਸੁਣਿਆ ਪਰ ਮੈਂ ਉਹਦੇ ਰਿਵਿਊ ਜਿਹੜੇ ਪੜ੍ਹੇ ਨਾ ਉਹ ਵੱਖਰੀਆਂ ਪਾਉਣ ਦੀ ਕੋਸ਼ਿਸ਼ ਕਰਦੀ ਹਾਂ ਪਰ ਇਹ ਕਦੀ ਵੱਖ ਨਹੀਂ ਹੋਣਾ। ਇਹ 9 ਮਾਸ ਰਿਸ਼ਤੇ ਆ ਫਸਟ ਇਸ ਦਾ ਭੁਗਤਣਾ ਪਿਆ ਵਾ ਕਿ ਮੇਰੇ ਨਾਂ ਦਾ ਇੱਕ ਮੰਤਰੀ ਸੀ ਬਾਲ ਮੁਕਾਪਤੀ ਔਰ ਬਹੁਤ ਵਾਇਰਲ ਹੋ ਗਈ ਕਿ ਪੀਜੀ ਚ ਪੁੱਛੇ ਦਸਤੀ ਬਾਲ ਕਸ਼ਮਾ ਬਾਲ ਮੁਕੰਦ ਪੂਰਾ ਹੋ ਗਿਆ ਕਿਦੋਂ ਤਦਮ ਨਹੀਂ ਆਇਆ ਮੈਨੂੰ ਲੱਗਿਆ ਕਿ ਦਸਤਾ ਰਹਿ ਨਹੀਂ ਕਹਿੰਦੇ ਹੈ ਨਹੀਂ ਕਿੱਥੇ ਗਿਆ ਜੀ ਕਹਿੰਦੇ ਅਨੰਦਪੁਰ ਸਾਹਿਬ ਗਏ ਆ ਪੱਲਾ ਜੀ ਕਹਿੰਦੇ ਅੱਛਾ ਸੁਖਵੀਰ ਬਾਦਲ ਜੀ ਨੇ ਨੌਕਰ ਘੁਟਤਾ ਦਾ ਨੌਕਰ ਤੋਂ ਕੀ ਗਿਨਾ ਹੋ ਗਿਆ ਸੀ ਕਹਿੰਦਾ ਗਰੀਬ ਨੇ ਇੰਨਾ ਕਿਹਾ ਸੀਗਾ ਸਰਦਾਰ ਜੀ ਮਾੜੇ ਪਾਸੇ ਹੋਏ ਮੈਂ ਝਾੜੂ ਫੇਰਨਾ ਪੰਜਾਬੀ ਪੁਆਇੰਟ ਵੈਬ ਟੀਵੀ ਦੇ ਨਾਲ ਅੱਜ ਸਾਡੇ ਨਾਲ ਪੰਜਾਬ ਦੀ ਯਾਨੀ ਕਿ ਸਾਡੇ ਨਾਲ ਬਾਲਮਕਨ ਸ਼ਰਮਾ ਜਿਨ੍ਹਾਂ ਨੂੰ ਸ਼ਰਮਾ ਜੀ ਵੀ ਕਿਹਾ ਜਾਂਦਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਮੈਂ ਧੰਨਵਾਦੀ ਹਾਂ ਤੁਹਾਡੇ ਪੰਜਾਬੀ ਪੁਆਇੰਟ ਟੀਵੀ ਦੇ ਕਿ ਤੁਸੀਂ ਆਪਣੇ ਜ਼ਰੀਏ ਮੈਨੂੰ ਲੱਖਾਂ ਪੰਜਾਬੀਆਂ ਦੇ ਰੂਬਰੂ ਕਰ ਰਹੇ ਹੋ ਜੀ ਅਸੀਂ ਅੱਜ ਰਿਵਿਊ ਲੈ ਰਹੇ ਸੀਗੇ ਸਿੱਧੂ ਮੂਸੇਵਾਲੇ ਦੇ ਨਵੇਂ ਸੌਂਗ ਬਾਰੇ ਸੁਣਿਆ ਤੁਸੀਂ ਪਹਿਲੇ ਦੱਸੋ ਜੀ ਮੈਂ ਸੌਂਗ ਤਾਂ ਨਹੀਂ ਸੁਣਿਆ ਪਰ ਮੈਂ ਉਹਦੇ ਰਿਵਿਊ ਜਿਹੜੇ ਪੜ੍ਹੇ ਜ਼ਰੂਰ ਜੀ ਟ੍ਰੈਂਡਿੰਗ 'ਚ ਨੰਬਰ 1 ਚੱਲ ਰਿਹਾ ਅਤੇ ਪੰਜਾਬੀਆਂ ਨੇ ਉਸ ਕਲਾਕਾਰ ਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਮੇਰਾ ਖਿਆਲ ਆ ਵੀ ਇਹ ਕਿਸੇ ਵੱਖਰੇ ਵੱਖਰੇ ਮਤਲਬ ਬਹੁਤ ਘੱਟ ਕਲਾਕਾਰ ਦੇ ਹਿੱਸੇ ਹੁੰਦਾ ਜਿੰਨਾ ਪਿਆਰ ਮੋਹ ਮੁਹੱਬਤ ਅਤੇ ਲੋਕਾਂ ਦੇ ਬਲੈਸਿੰਗ ਉਹ ਕਲਾਕਾਰ ਲੈ ਗਿਆ। ਅੱਛਾ ਜੀ ਹੋਲ ਸੋਲ ਮੀਡੀਆ ਦਾ ਜਿਹੜਾ ਇੱਕ ਮਾਹੌਲ ਬਣਾਇਆ ਜਾ ਰਿਹਾ ਕਿ ਪੰਜਾਬ ਦਾ ਮਾਹੌਲ ਬਹੁਤ ਖਰਾਬ ਚੱਲ ਰਿਹਾ ਤੁਸੀਂ ਅੱਜ ਤੁਸੀਂ ਬਹੁਤ ਸੀਨੀਅਰ ਆਰਟਿਸਟ ਹੋ ਤਾਂ ਤੁਹਾਡੇ ਕੋਲ ਮਤਲਬ ਬਹੁਤ ਸਾਰੇ ਗੁਪਤ ਸੂਤਰ ਵੀ ਤੁਹਾਡੇ ਮੀਡੀਆ ਦੇ ਨਾਲ ਤੁਸੀਂ ਟੱਚ ਹੋ ਤਾਂ ਤੁਹਾਡੇ ਗੁਪਤ ਸੂਤਰ ਵੀ ਹੈਗੇ ਤੁਹਾਡੇ ਕੀ ਕਹੋਗੇ ਕਿੱਦਾਂ ਦਾ ਲੱਗਦਾ ਤੁਹਾਨੂੰ ਮਾਹੌਲ ਪੰਜਾਬ ਦਾ ਹੋਲ ਸੋਲ? ਦੇਖੋ ਜੇ ਆਪਾਂ ਕਹੀਏ ਵੀ ਲਾਅ ਐਂਡ ਆਰਡਰ ਉਹ ਇਹ ਨਹੀਂ ਵੀ ਅੱਜ ਵਾ ਪਹਿਲਾਂ ਵੀ ਉਸ ਤੋਂ ਵੱਡੇ ਵੱਡੇ ਸੰਕਟ ਵੀ ਆਏ ਆ ਪੰਜਾਬ ਨੇ ਝੱਲੇ ਬਟ ਅਸੀਂ ਇਹ ਕਹਾਂਗੇ ਕਿ ਪੰਜਾਬ ਦੇ ਵਿੱਚ ਹਰ 20-25 ਸਾਲ ਬਾਅਦ ਕਈ ਵਾਰੀ ਇੰਜੀਨੀਅਰਿੰਗ ਚੱਲਦੀ ਆ ਪਰ ਹਾਲੇ ਵੀ ਮੈਂ ਸਮਝਦਾ ਕਿ ਲੋਕਾਂ ਦੀ ਜਿਹੜੀ ਤੰਦ ਵਾ ਨਾ ਖਾਸ ਤੌਰ 'ਤੇ ਵੱਡੇ ਦੋ ਫਿਰਕਿਆਂ ਦੀ ਉਹ ਪੰਜਾਬ ਦੀ ਕੋਈ ਹਿਲਾ ਸਕਦਾ ਨਹੀਂ। ਮੇਰੀ ਬੜੀ ਪੱਕੀ ਧਾਰਨਾ ਮੇਰੇ ਆਪਣੇ ਸਾਰੇ ਦੋਸਤ ਜਿਹੜੇ ਆ ਉਹ ਭੱਲਾ ਸਾਹਿਬ ਦੇਖੋ ਸਿੱਖ ਆ ਮੇਰੇ ਜਿੰਨੇ ਮਿੱਤਰ ਹੈਗੇ ਉਹ ਸਿੱਖ ਅਤੇ ਮੈਨੂੰ ਲੱਗਦਾ ਕਿ ਇਹ ਜਿਹੜੀ ਪੰਜਾਬ ਦੀ ਜਿਹੜੀ ਲੋਕਾਂ ਨੂੰ ਕੋਈ ਵੀ ਕੋਸ਼ਿਸ਼ ਕਰ ਲਵੇ ਕੋਈ ਸਿਆਸੀ ਧਿਰਾਂ ਕੋਈ ਬਾਹਰਲੇ ਧਿਰਾਂ ਉਹ ਵੱਖਰੀਆਂ ਪਾਉਣ ਦੀ ਕੋਸ਼ਿਸ਼ ਕਰਦੀਆਂ ਪਰ ਇਹ ਕਦੀ ਵੱਖ ਨਹੀਂ ਹੋਣਾ। ਇਹ 9 ਮਾਸ ਰਿਸ਼ਤੇ ਆ ਇਹ ਐਂ ਹੀ ਰਹਿਣੇ ਆ ਇਸ ਕਰਕੇ ਮੈਂ ਸਮਝਦਾ ਵੀ ਪੰਜਾਬ ਦੀ ਜਿਹੜੀ ਇਹ ਲੋਕਾਂ ਨੇ ਕੋਸ਼ਿਸ਼ ਕੀਤੀ ਆ ਇਹਦਾ ਕੋਈ ਕਾਮਯਾਬੀ ਨਹੀਂ ਮਿਲਣੀ ਇਹ ਲੋਕ ਐਂ ਪਿਆਰ ਨਾਲ ਰਹਿਣ। ਤੁਸੀਂ ਪੰਜਾਬ ਦੇ ਮੀਡੀਆ ਨੂੰ ਕਿਵੇਂ ਦੇਖਦੇ ਹੋ ਜੀ ਜਿਹੜਾ ਪੰਜਾਬ ਦਾ ਮੀਡੀਆ ਅੱਜ ਦਾ ਰੋਲ ਨਿਭਾ ਰਿਹਾ ਜਾਂ ਪੁਰਾਣਾ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਜੇ ਆਪਾਂ ਹੋਲ ਸੋਲ ਵਿਊ ਲੈਣਾ ਹੋ? ਸੱਚ ਬੋਲਾਂ ਸੱਚ ਬਿਲਕੁਲ ਸੱਚ ਦੇਖੋ ਮੈਂ ਜਿਹੜਾ ਸੋਸ਼ਲ ਮੀਡੀਆ ਤੁਹਾਡਾ ਬਹੁਤ ਤਰੱਕੀ ਕਰ ਰਿਹਾ ਬਹੁਤ ਅੱਗੇ ਨਿਕਲ ਰਿਹਾ ਮੈਂ ਪਿੱਛੇ ਜੇ ਕੈਨੇਡਾ ਅਮਰੀਕਾ ਗਿਆ ਸੀਗਾ ਉੱਥੇ ਜਿੰਨੇ ਮੀਡੀਆ ਨੂੰ ਮੈਂ ਐਡਰੈਸ ਕੀਤਾ ਉਹਨਾਂ ਨੇ ਮੈਨੂੰ ਇਹ ਟਿੱਪਣੀ ਕਰਨ ਲਈ ਕਿਹਾ ਕਿ ਸ਼ਰਮਾ ਜੀ ਜਿਹੜੀ ਇਹ ਫਾਸਟ ਰੇਸ ਆ ਮੀ ਫਸਟ ਉਹ ਤਾਂ ਮੈਂ ਖਬਰ ਛਾਪਦਾ ਇਹਦੀ ਟਿੱਪਣੀ ਕਰੋ ਅਤੇ ਮੈਂ ਟਿੱਪਣੀ ਕੀ ਮੈਂ ਕਿਹਾ ਜੀ ਮੈਂ ਵਿਕਟਮ ਹੈ ਕਹਿੰਦੇ ਕਿੱਦਾਂ ਮੈਂ ਕਿਹਾ ਜੀ ਮੈਨੂੰ ਆਪ ਨੂੰ ਇਸ ਮੀਡੀਆ ਦੀ ਫਸਟ ਰੇਸ ਦਾ ਭੁਗਤਣਾ ਪਿਆ ਵਾ ਕਿ ਮੇਰੇ ਨਾਂ ਦਾ ਇੱਕ ਮੰਤਰੀ ਸੀ ਬਾਲਮਕੰਦ ਸ਼ਰਮਾ ਫਿਰੋਜ਼ਪੁਰ ਦੇ 90 ਸਾਲ ਤੋਂ ਵੱਧ ਉਮਰ ਉਹ ਪੂਰੀ ਕਰਕੇ ਪੀ ਜੀ ਆਈ 'ਚ ਦੇਹਾਂਤ ਹੋ ਗਿਆ ਅਤੇ ਪੀ ਜੀ ਆਈ ਨੇ ਇੱਕ ਫੋਟੋ ਰਿਲੀਜ਼ ਕੀਤੀ ਨੀਲੀ ਚਾਦਰ ਉਹਨਾਂ ਦਾ ਫੇਸ ਢੱਕਿਆ ਸੀਗਾ ਅਤੇ ਉਹ ਕਿਸੇ ਨੇ ਕਾਹਲੀ 'ਚ ਖਬਰ ਛਾਪਤੀ ਔਰ ਬਹੁਤ ਵਾਇਰਲ ਹੋ ਗਈ ਕਿ ਪੀ ਜੀ ਆਈ 'ਚ ਪੁੱਛੇ ਦਸਤੀ ਬਾਲਮਕੰਦ ਸ਼ਰਮਾ ਦੇਹਾਂਤ ਅਤੇ ਫੋਨ ਵਜਣੇ ਸ਼ੁਰੂ ਹੋ ਗਏ ਫੋਨ ਤਾਂ ਮੈਨੂੰ ਤਾਂ ਫੋਨ ਕੀ ਹੋਣਾ ਸੀ ਮੈਂ ਤਾਂ ਮਰ ਗਿਆ ਫੋਨ ਵਜਿਆ ਭੱਲਾ ਜੀ ਨੂੰ ਔਰ ਸੱਚੀ ਗੱਲ ਆ ਬਾਈ ਜੀ ਸਾਡਾ ਇੰਗਲੈਂਡ ਤੋਂ ਗਜਿੰਦਰ ਦੋਸਤ ਆ ਉਹ ਭੱਲਾ ਜੀ ਨੂੰ ਫੋਨ 'ਤੇ ਕਹਿੰਦਾ ਭੱਲਾ ਜੀ ਮੈਂ ਕਨਫਰਮ ਕਰਨਾ ਸੀ ਉਹ ਗੱਲ ਸੱਚੀ ਆ ਕਿਹੜੀ ਉਹ ਖਬਰ ਕਨਫਰਮ ਕਰਨੀ ਕਿਹੜੀ ਖਬਰ ਉਹ ਬਾਲਮਕੰਦ ਪੂਰਾ ਹੋ ਗਿਆ ਕਹਿੰਦਾ ਤਦਮ ਨਹੀਂ ਆਇਆ ਮੈਨੂੰ ਲੱਗਿਆ ਕਿ ਜਾਂ ਮੇਰੇ ਕੱਤੇ ਗੱਲ ਜਾਂ ਮਾਤਾ ਇੱਕ ਪਾਰੀ ਖੇਡ ਲਈ ਉਹ ਵਿਅੰਗ ਵੀ ਕਰ ਗਏ ਪਰ ਇੱਕ ਕਾਮੇਡੀ ਆਊਟ ਆਫ ਟ੍ਰੈਜਡੀ ਜਾਣੀ ਕਿ ਮੈਨੂੰ ਲੱਗਾ ਕਿ ਮੀਡੀਆ ਨੂੰ ਗੱਲ ਵੇਰੀਫਾਈ ਕਰਕੇ ਕਰਨੀ ਚਾਹੀਦੀ ਹੈ ਇਹ ਸੀ ਮੇਰਾ ਕਮੈਂਟ ਕਿ ਆਪਾਂ ਕਾਹਲੇ ਪੈ ਜਾਂਦੇ ਹਾਂ ਕਈ ਵਾਰੀ ਕਿਸੇ ਨੁਕਸਾਨ ਕਰ ਦਿੰਦੇ ਹਾਂ ਤਾਂ ਇਹ ਮੇਰੀ ਬੇਨਤੀ ਹੈ ਵੀ ਆਪਾਂ ਨੂੰ ਵੇਰੀਫਾਈਡ ਨਿਊਜ਼ ਦੇਣੀ ਚਾਹੀਦੀ ਹੈ। ਅੱਜ ਦਾ ਜਿਹੜਾ ਤੁਸੀਂ ਜਿਵੇਂ ਅੱਜ ਦੇ ਯੂਥ ਨੂੰ ਦੇਖ ਰਹੇ ਆ ਬਹੁਤ ਸਾਰੇ ਮੀਡੀਆ ਚੈਨਲ ਬੰਦ ਕੀਤੇ ਜਾ ਰਹੇ ਆ ਸਾਡਾ ਵੀ ਚੈਨਲ ਉਹਦੇ ਵਿੱਚ ਇੱਕ ਰਿਹਾ ਜਿਹਨੂੰ ਬੰਦ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨਵੇਂ ਜਿਹੜੇ ਨਵੇਂ ਵੈਬ ਚੈਨਲ ਬੰਦ ਕੀਤੇ ਜਾ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ? ਕਿਉਂ ਮੇਰੀ ਤਾਂ ਬੇਨਤੀ ਹੈਗੀ ਆ ਕਿ ਜ਼ਿੰਮੇਵਾਰੀ ਜਿਹੜੀ ਬਹੁਤ ਆ ਮਾਫ ਕਰਨਾ ਜਿਹੜਾ ਮੀਡੀਆ ਸਾਡਾ ਸਟੈਬਲਿਸ਼ ਪੁਰਾਣਾ ਜਿਹਨੂੰ ਆਪਾਂ ਮੇਨ ਸਟ੍ਰੀਮ ਮੀਡੀਆ ਸੀਗਾ ਜਾਂ ਪ੍ਰਿੰਟ ਮੀਡੀਆ ਸੀਗਾ ਜਾਂ ਸਾਡੇ ਵੱਡੇ ਚੈਨਲ ਵੀ ਸੀਗੇ ਉਹਦੇ ਵਿੱਚ ਪੱਤਰਕਾਰਤਾ ਦੇ ਵਿੱਚ ਐਂਟਰ ਕਰਨ ਵਾਸਤੇ ਦੇਰ ਯੂਜ਼ ਟੂ ਬੀ ਸਮ ਕੁਆਲੀਫਿਕੇਸ਼ਨ ਐਕਸਪੀਰੀਅੰਸਿਸ ਉਹਦੀ ਜ਼ਿੰਮੇਵਾਰੀ ਲੈ ਕੇ ਬੰਦਾ ਕੋਈ MSc ਜਰਨਲਿਜ਼ਮ ਕਰਦਾ ਸੀ ਕੋਈ ਮਾਸ ਕਮਿਊਨੀਕੇਸ਼ਨ ਕਰਦਾ ਸੀਗਾ ਅਤੇ ਉਹਦੇ ਨਾਲ ਮੀਡੀਆ ਦੀ ਸ਼ੁਰੂਆਤ ਹੁੰਦੀ ਸੀ ਜ਼ਿੰਮੇਵਾਰੀ ਦਾ ਹੁਣ ਮਾਫ਼ ਕਰਨਾ ਕਈ ਬੰਦੇ ਉਹਨੂੰ ਬਿਲਕੁਲ ਵੀ ਨੌਲੇਜ ਨਹੀਂ ਮੀਡੀਆ ਫੀਲਡ ਦੀ
ਚੱਕ ਕੇ ਕੈਮਰਾ ਪੱਤਰਕਾਰ ਬਣ ਜਾਂਦੇ ਆ ਤੇ ਗੈਰ ਜ਼ਿੰਮੇਵਾਰ ਢੰਗ ਨਾਲ ਐਕਟ ਕਰਦੇ ਆ। ਤਾਂ ਮੇਰੀ ਸਮਝ ਇਹ ਕਹਿੰਦੀ ਆ ਕਿ ਜਿਹੜਾ ਬੰਦਾ ਗੈਰ ਜ਼ਿੰਮੇਵਾਰੀ ਪੱਤਰਕਾਰੀ ਕਰਦਾ ਵਾ ਉਹ ਤੇ ਨੱਸ ਪੈਣੀ ਚਾਹੀਦੀ ਆ, ਜਿਹੜਾ ਜ਼ਿੰਮੇਵਾਰ ਪੱਤਰਕਾਰ ਦਾ ਉਹ ਤੇ ਐਕਸ਼ਨ ਲੈਣਾ ਚਾਹੀਦਾ, ਇਹ ਮੇਰੀ ਸੋਚ। ਪਰ ਜਗਦੀਪ ਥਲੀ ਤਾਂ ਬਹੁਤ ਵਧੀਆ ਪੱਤਰਕਾਰ ਨੇ ਮੇਰੇ ਖਿਆਲ ਦੇ ਵਿੱਚ, ਉਹਨਾਂ ਦਾ ਵੀ ਚੱਕ ਕੇ ਜਿਹੜਾ ਪਰਸਨਲ ਜਿਹੜਾ ਪੰਜਾਬੀ ਲੋਕ ਚੈਨਲ ਤੋਂ ਨੇ ਉਹਨਾਂ ਦਾ ਵੀ ਜਿਹੜਾ ਪਰਸਨਲ ਸੋਸ਼ਲ ਹੈਂਡਲ ਜਿਹੜਾ ਬੰਦ ਕਰ ਦਿੱਤਾ। ਦੇਖੋ ਇਹ ਤਾਂ ਇੱਕ ਹੋਰ ਵੀ ਖਬਰ ਕੱਲ ਪਰਸੋਂ ਦੀ ਚੱਲ ਰਹੀ ਸੀਗੀ ਬਠਿੰਡੇ ਵਾਲੀ ਜਿਹੜੀ ਆਪਣਾ ਉਹੀ ਮੀਡੀਆ ਉੱਤੇ ਪਰਚਾ ਕੀਤਾ ਗਿਆ। ਹਾਂ ਤੇ ਉਹਦੇ ਵਿੱਚ ਵੀ ਮੈਨੂੰ ਪਤਾ ਲੱਗਾ ਵੀ ਉਹਦੀ ਸ਼ਾਇਦ ਜਿਹੜੀ ਆ ਬੇਲ ਵੀ ਹੋ ਗਈ ਹੈਗੀ ਆ, ਬਾਹਰ ਵੀ ਆ ਗਏ ਆ। ਯਾਨੀ ਮੈਂ ਕਹਿੰਦਾ ਕੈਨਸਲ ਕਰਤਾ ਜੀ ਮੈਂ, ਹਾਂ ਮੈਂ ਤੇ ਕਹਿੰਦਾ ਕਿ ਜਿਹੜੀ ਗਲਤ ਗੱਲ ਗਲਤ ਆ, ਠੀਕ ਠੀਕ ਆ। ਅਸੀਂ ਕਹਿੰਦੇ ਆ ਕਿ ਜਿਹੜੇ ਪੱਤਰਕਾਰ ਜ਼ਿੰਮੇਵਾਰੀ ਦੇ ਕੰਮ ਕਰਦੇ ਆ ਉਹਨਾਂ ਨੂੰ ਕੋਈ ਵੀ ਆਂਚ ਨਹੀਂ ਹੋਣੀ ਚਾਹੀਦੀ, ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਤੋਂ ਪਨਿਸ਼ਮੈਂਟ ਮਿਲਣੀ ਚਾਹੀਦੀ ਆ ਪ੍ਰਦੇਸ਼। ਅੱਛਾ ਜਿਹੜਾ ਤੁਸੀਂ ਜਿਵੇਂ ਤੁਸੀਂ ਅੱਜ ਦੇ ਪੰਜਾਬ ਦੇ ਮਾਹੌਲ ਨੂੰ ਕਿਵੇਂ ਦੇਖ ਰਹੇ ਹੋ ਸਾਰਿਆਂ ਨੂੰ ਜੀ ਆਪਾਂ ਜੇ ਅੱਗੇ? ਮੈਨੂੰ ਲੱਗਦਾ ਕਿ ਪੰਜਾਬ ਆਪਾਂ ਦੇਖ ਹੀ ਰਹੇ ਹਾਂ ਕਿੰਨੀ ਰੌਣਕਾਂ ਲੱਗੀ ਹੋਈ, ਹਰ ਬੰਦਾ ਆਪਣੀ ਗੱਲ ਕਹਿ ਪਾ ਰਿਹਾ, ਗੱਲ ਕਰ ਪਾ ਰਿਹਾ, ਇਹਦੇ ਵਿੱਚ ਕੋਈ ਦਿੱਕਤ ਹੈ ਨਹੀਂਗੀ। ਜਿਹੜੀਆਂ ਕੁਛ ਦਿੱਕਤਾਂ ਥੋੜ੍ਹੀ ਬਹੁਤ ਆਉਂਦੀਆਂ ਹੈਗੀਆਂ ਉਹਨੂੰ ਹੱਲ ਕਰਨ ਵਾਸਤੇ ਸਰਕਾਰ ਜ਼ਿੰਮੇਵਾਰੀ ਹੈਗੀ ਆ ਅਤੇ ਜ਼ਿੰਮੇਵਾਰੀ ਸਰਕਾਰ ਨਿਭਾਵੇ ਆਪਦਾ। ਅਤੇ ਮੇਰੀ ਲੱਗਦਾ ਕਿ ਜਿਹੜੀ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਉਹ ਖਤਮ ਹੋਣਗੀਆਂ ਅਤੇ ਭਾਈਚਾਰਾ ਕਾਇਮ ਰਹੂਗਾ ਜੀ। ਸੋ ਮੈਂ ਤੁਸੀਂ ਇੱਕ ਬਹੁਤ ਪੁਰਾਣੇ ਕਲਾਕਾਰ ਦੇ ਤਬਕੇ ਨਾਲ ਜੁੜੇ ਹੋਏ ਹੋ ਜੀ, ਜਿਹਨਾਂ ਨੂੰ ਤੁਸੀਂ ਜਿਹੜੇ ਕਲਾਕਾਰ ਜਦੋਂ ਜਲੰਧਰ ਦੂਰਦਰਸ਼ਨ ਚੱਲਦਾ ਸੀ ਅਸੀਂ ਉਦੋਂ ਤੋਂ ਤੁਹਾਨੂੰ ਦੇਖਦੇ ਆ ਰਹੇ ਹਾਂ ਜੀ, ਹੈ ਨਾ। ਅਸੀਂ ਛੋਟੇ ਛੋਟੇ ਹੁੰਦੇ ਸੀ, ਸਿੱਧੂ ਮੂਸੇਵਾਲੇ ਦੀ ਗੱਲ ਕਰਦੇ, ਤੁਹਾਡੇ ਹੱਥਾਂ 'ਚ ਵੱਡਾ ਹੋਇਆ, ਤੁਹਾਡੇ ਹੱਥਾਂ 'ਚ ਖੇਡਿਆ, ਤੁਹਾਡੇ ਤੁਹਾਡੇ ਆਸ਼ੀਰਵਾਦ ਨਾਲ ਉਹ ਬਹੁਤ ਵੱਡਾ ਅੱਜ ਕਲਾਕਾਰ ਬਣ ਗਿਆ, ਹੈ ਨਾ। ਕੋਈ ਟਾਈਮ ਸੀਗਾ ਜੀ ਜਦੋਂ ਉਹਦੇ ਇੱਥੋਂ ਚੰਡੀਗੜ੍ਹੋਂ ਨਵੇਂ ਕਲਾਕਾਰ ਜਿਹੜੇ ਸੀ ਉਹਦੇ ਘਰ ਜਾ ਕੇ ਚਾਹ ਪੀਣ ਜਾਂਦੇ ਸਵੇਰ ਦੀ, ਅਤੇ ਬਾਅਦ ਵਿੱਚ ਕੀ ਹੋਇਆ? ਅੱਜ ਉਹ ਵਿਚਾਰਾ ਪੂਰਾ ਹੋ ਗਿਆ ਤਾਂ ਅੱਜ ਉਹਦੇ ਮਾਂ ਪਿਓ ਇਕੱਲੇ ਇਨਸਾਫ ਦੀ ਲੜਾਈ ਲੜ ਰਹੇ ਆ। ਇਹੋ ਜਿਹੇ ਕਲਾਕਾਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤਾਂ ਉਹਨਾਂ ਦੇ ਮਾਂ ਪਿਓ ਲਈ ਖਾਸ ਕੁਛ ਦੋ ਸ਼ਬਦ ਬੋਲਣੇ ਹੋਣ? ਦੇਖੋ ਪਹਿਲੀ ਗੱਲ ਤਾਂ ਉਹਨਾਂ ਦੇ ਮਾਂ ਪਿਓ ਦਾ ਜਬਾਈ ਦੁੱਖ ਹੈ ਨਾ, ਉਹ ਤਾਂ ਕੋਈ ਵੰਡਾ ਹੀ ਨਹੀਂ ਸਕਦਾ। ਜਿਸ ਤਰ੍ਹਾਂ ਲਾਗੇ ਸੋਤਨ ਜਾਣੇ ਆ ਉਹਨਾਂ ਵਾਸਤੇ ਬਹੁਤ ਵੱਡੀ ਸੱਟ ਆ। ਇੱਕ ਜਵਾਨ ਪੁੱਤ, ਇਕੱਲਾ ਇਕੱਲਾ ਪੁੱਤ ਮਾਪਿਆਂ ਦਾ ਖੁਸ਼ ਜੀ, ਇਹ ਤੋਂ ਵੱਡੀ ਮੈਨੂੰ ਲੱਗਦਾ ਦੁਖਾਂਤ ਕੋਈ ਹੋ ਨਹੀਂ ਸਕਦਾ। ਅਸੀਂ ਦਿਲੋਂ ਨਾਲ ਆ ਉਹਨਾਂ ਨੂੰ, ਅਸੀਂ ਬਹੁਤ ਜ਼ਿਆਦਾ ਪ੍ਰਣਾਮ ਕਰਦੇ ਹਾਂ ਕਿ ਐਡਾ ਵੱਡਾ ਉਹ ਸਦਮੇ 'ਚੋਂ ਲੰਘ ਰਹੇ ਆ, ਬਰਦਾਸ਼ਤ ਕਰ ਰਹੇ ਆ। ਬਾਕੀ ਤੁਸੀਂ ਗੱਲ ਕੀਤੀ ਵੀ ਜਿਹੜੇ ਕਲਾਕਾਰ ਨੇੜੇ ਸੀਗੇ ਜਾਂਦੇ ਰਹੇ ਸੀਗੇ, ਦੇਖੋ ਦੁਨੀਆ ਦਸਤੂਰ ਆ ਵੀ ਇਹ ਜਿਹੜੇ ਬੰਦੇ ਹੁੰਦੇ ਨਾ ਇੱਥੇ ਪਰਖ ਹੁੰਦਾ, ਕਹਿੰਦੇ ਹੁੰਦੇ ਆ ਸੁੱਖ 'ਚ ਸਾਥੀ ਭਾਵੇਂ ਨਾ ਹੋਵੇ ਦੁੱਖ 'ਚ ਸਾਥੀ ਹੋਣਾ ਚਾਹੀਦਾ, ਜਿਹੜਾ ਦੁੱਖ 'ਚ ਸਾਥੀ ਬੰਦਾ ਸਹੀ ਬੰਦਾ ਹੋਣਾ। ਅੱਛਾ ਲਾਸਟ ਤੇ ਤੁਸੀਂ ਪੰਜਾਬੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਤੁਹਾਡੇ ਜਿਹੜੇ ਤੁਹਾਡੇ ਅੱਜ ਹਾਣੀ ਵੀ ਨੇ ਤੇ ਤੁਹਾਡੇ ਤੋਂ ਛੋਟੇ ਵੀ ਨੇ ਤੇ ਵੱਡੇ ਵੀ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਆਪਣੇ ਆਪ ਨੂੰ ਸੁਨੇਹਾ ਦੀ ਸਮਰੱਥਾ ਤੇ ਰੱਖਦਾ, ਪਰ ਮੈਂ ਇਹ ਬੇਨਤੀ ਕਰਨੀ ਚਾਹੂੰਗਾ ਕਿ ਅੱਜ ਦੇ ਜਿਹੜੇ ਜਵਾਨ ਯੂਥ ਵਰਗ ਹੈਗਾ ਕਿ ਕਦੀ ਵੀ ਕਾਹਲੀ ਵਿੱਚ ਆਪਣੀ ਚੜ੍ਹਾਈ ਨਾ ਐਕਸਪੈਕਟ ਕਰਿਓ। ਜਿਹੜੇ ਗ੍ਰੈਜੂਅਲ ਰਾਈਜ਼ ਆ ਉਹ ਹਮੇਸ਼ਾ ਸਥਿਰ ਹੁੰਦਾ, ਸ਼ਰੀਵੀ ਹੁੰਦਾ ਔਰ ਲੰਬਾ ਸਮਾਂ ਉਹ ਰਾਜ ਕਰਦਾ। ਜੇ ਆਪਾਂ ਦੀਵਾਲੀ ਦੇ ਉੱਪਰ ਇੱਕ ਆਤਿਸ਼ਬਾਜ਼ੀ ਕਰਦੇ ਹਾਂ, ਹਵਾਈ ਚਲਾਉਂਦੇ ਹਾਂ, ਉਹ ਸ਼ੂ ਕਰਕੇ ਉੱਪਰ ਜਾਂਦੀ ਅਤੇ ਠਾਹ ਗਿਰਦੀ ਮੁੜ ਕੇ ਦੋ ਚਾਰ ਪੰਜ ਮਿੰਟ, ਅਤੇ ਅਸੀਂ ਉਹ ਚੀਜ਼ ਨਹੀਂ ਬਣਨਾ। ਜੇ ਤੁਸੀਂ ਟੈਲੈਂਟ ਹੈਗਾ ਉੱਥੇ ਪੂਰਾ ਮਿਹਨਤ ਕਰੋ, ਪੂਰੀ ਉੱਥੇ ਭਗਤੀ ਲਾ ਕੇ ਉੱਥੇ ਆਪਣਾ ਜਨੂੰਨ ਨਾਲ ਉਹ 'ਚ ਖੁੱਬੋ। ਅਤੇ ਜਿਵੇਂ ਆਪਾਂ ਮੈਂ ਗੁਰਦਾਸ ਮਾਨ 'ਚ ਐਗਜ਼ਾਮਪਲ ਦਿਨਾਉਂਦਾ, ਦੋ ਤਿੰਨ ਚਾਰ ਦਹਾਕਿਆਂ ਤੋਂ ਗਾ ਰਹੇ ਆ, ਅੱਜ ਵੀ ਉਦਾਂ ਹੀ ਕਾਇਮ ਹੈਗੇ ਆ। ਭੱਲਾ ਜੀ ਕਮੇਡੀ ਕਰਦੇ ਆ, ਘੁੱਗੀ 'ਚ ਕਮੇਡੀ ਕਰਦੇ ਆ, ਬੀਨੂ ਢਿੱਲੋਂ ਜੀ, ਭਗਵੰਤ ਮਾਨ ਜੀ, ਇਹਨਾਂ ਦਾ ਕਿਉਂ ਹਜੇ ਤੱਕ ਨਾ ਹੈਗਾ? ਕਿਉਂਕਿ ਇਹਨਾਂ ਨੇ ਇੱਕ ਮਿਹਨਤਾਂ ਕਰਕੇ, ਸਾਡਾ ਸੰਕਾਟਾ ਸੀਗਾ, ਅਸੀਂ ਇੱਕ ਦਾ ਅਗਲੇ ਦਾ ਉਹਦੇ ਕੰਪਟੀਸ਼ਨ ਬਣਾਈ ਗਏ। ਸਾਨੂੰ ਲੱਗਾ ਕਿ ਸੰਕਾਟੇ ਨੇ ਸਾਨੂੰ ਇੱਕ ਐਸੀ ਵਧੀਆ ਇੱਕ ਹਾਊਸ ਹੋਲਡ ਨੇਮ ਬਣਾਤਾ ਕਿ ਕਮੇਡੀ ਦਾ ਇੱਕ ਜੈਨਰ ਬਣ ਗਿਆ, ਇੱਕ ਹਾਊਸ ਹੋਲਡ ਬ੍ਰਾਂਡ ਬਣ ਗਿਆ। ਸੋ ਇਹ ਚੀਜ਼ ਜਿਹੜੀ ਆ ਸਦੀਵੀ ਰਹਿੰਦੀ ਆ। ਜੇ ਤੁਸੀਂ ਅੱਜ ਬਹੁਤ ਤੇਜ਼ੀਆਂ ਉੱਠੇ ਆ, ਕੱਲ੍ਹ ਗਿਰ ਗਏ ਆ, ਮਾਰਕੀਟ ਕੌਣ ਪਛਾਣਦਾ? ਸੋ ਇਸ ਕਰਕੇ ਮੇਰੀ ਬੇਨਤੀ ਨੌਜਵਾਨਾਂ ਨੂੰ ਕਿ ਭਾਈ ਆਪਣੀ ਗ੍ਰੈਜੂਅਲ ਮਿਹਨਤ ਕਰੋ ਅਤੇ ਸਦੀਵੀ ਆਪਦੀ ਪਹਿਚਾਣ ਕਾਇਮ ਰੱਖੋ। ਕੁਛ ਸੁਣਾਉਣਾ ਚਾਹੋਗੇ ਸਾਨੂੰ ਕੁਛ ਥੋੜ੍ਹਾ ਤੁਹਾਡੇ ਸਟਾਈਲ 'ਚ, ਕਿਉਂਕਿ ਤੁਹਾਡਾ ਸਟਾਈਲ ਵੱਖਰਾ। ਤੁਸੀਂ ਜਿਹੜੀ ਗੱਲ ਕੀਤੀ ਆ ਕਿ ਜਿਹੜੇ ਸਾਡੇ ਹੁਣ ਮੁੱਖ ਮੰਤਰੀ ਸਾਹਿਬ ਬਣੇ ਆ ਭਗਵੰਤ ਮਾਨ ਜੀ, ਇਹਨਾਂ ਨੇ ਮਾਨ ਸਾਹਿਬ ਨੇ ਜਦੋਂ 14 ਮਾਰਚ ਨੂੰ ਆਪਣਾ ਰਿਜ਼ਾਈਨ ਕਰਨ ਜਾਣਾ ਸੀਗਾ MP ਦੀ ਸੀਟ ਤੋਂ, ਉਦੋਂ ਸਾਡੀ ਬਾਈ ਜੀ ਕਲਿੱਪ ਵਾਇਰਲ ਹੋਈ ਜਿਹੜੀ ਚੰਨੀ ਸਾਹਿਬ ਅਤੇ ਮੈਂ ਤਾਂ ਭੱਲਾ ਜੀ ਨੇ ਰਿਕਾਰਡ ਕਰਾਈ ਸੀ, ਬੜੀ ਵਾਇਰਲ ਹੋਈ ਸੀ। ਉਹ 'ਚ ਕਲਾਈਮੈਕਸ ਕੀ ਸੀਗਾ ਵੀ ਅਸੀਂ ਜਾਂਦੇ ਹਾਂ ਖਰੜ, ਦੋਰਬੇਲ ਕੀਤੀ ਹੈ ਕਿ ਚੰਨੀ ਸਾਹਿਬ ਘਰ ਹੈ ਨਹੀਂ, ਕਹਿੰਦੇ ਹੈ ਨਹੀਂ, ਕਿੱਥੇ ਗਏ ਜੀ? ਕਹਿੰਦੇ ਅਨੰਦਪੁਰ ਸਾਹਿਬ ਗਏ ਆ। ਭੱਲਾ ਜੀ ਕਹਿੰਦੇ ਅੱਛਾ, ਉਹ ਹੋਲੇ ਮਹੱਲੇ ਟੈਂਟ ਲਾਉਣ ਗਏ ਹੋਣੇ। ਅੱਛਾ ਉਹ ਮਾਨ ਸਾਹਿਬ ਨੂੰ ਕਿਹਨੇ ਭੇਜਤੀ? ਸਾਨੂੰ ਉੱਥੋਂ ਫੋਨ ਆ ਗਿਆ, ਕਹਿੰਦੇ ਯਾਰ ਮੈਂ ਤਾਂ ਚੰਨੀ ਸਾਹਿਬ ਇੱਕ ਵਾਰੀ ਹਰਾਇਆ, ਤੁਸੀਂ ਰੋਜ਼ ਹਰਾਈ ਜਾਂਦੇ, ਬਸ ਕਰੋ ਹੁਣ। ਅਤੇ ਅਸੀਂ ਕਿਹਾ ਮਾਨ ਸਾਹਿਬ 'ਚ ਅਗਲਾ ਲਿਖਦੇ ਪਏ ਹਾਂ। ਕਹਿੰਦੇ ਕੀ ਲਿਖਦੇ ਪਏ ਹਾਂ? ਇਸ ਕਿ ਅਸੀਂ ਅੱਗੇ ਲਿਖਦੇ ਪਏ ਹਾਂ ਕਿ ਸੁਖਵੀਰ ਬਾਦਲ ਜੀ ਨੇ ਨੌਕਰ ਕੁੱਟਤਾ ਆਪਦਾ, ਉਹ ਨੌਕਰ ਤੋਂ ਕੀ ਗਨਾਹ ਹੋ ਗਿਆ ਸੀ? ਕਹਿੰਦਾ ਗਰੀਬ ਨੇ ਇੰਨਾ ਕਿਹਾ ਸੀਗਾ ਸਰਦਾਰ ਜੀ ਮਾੜੇ ਪਾਸੇ ਹੋਏ ਮੈਂ ਝਾੜੂ ਫੇਰਨਾ, ਨਾਮ ਹੀ ਲਿਆ ਭਗਵੰਤ ਮਾਨ ਜੀ। ਕਹਿੰਦੇ ਤੁਸੀਂ ਗਾਹ ਕਰੋ, ਗਾਹ ਲਿਖਾਓ। ਕਹਿੰਦੇ ਕੀ ਲਿਖੀਏ? ਕਹਿੰਦੇ ਸੁਖਵੀਰ ਬਾਦਲ ਤੋਂ ਕਹਾਓ, ਨੌਕਰ ਨੂੰ ਕਹੋ ਕਾਕਾ ਤੋਂ ਆਇਆ ਕਰ, ਤੂੰ ਪੁੱਛੇ ਫਿਰ
फिर लोगों ने पूछा गया तुम समझ नहीं आया जसविंदर भला चंगा कमेडियन घटो घट पोचे तक खट्टे मिठे फिर अंतमा ने खट्टे पोचे फिर के अकाली लोगों का भंग कराता बहुत बहुत धन्यवाद करते हैं जी इन्होंने जुड़े रहो पंजाबी पॉइंट वेब टीवी थैंक यू वेरी मच सत श्री अकाल शुक्रिया जी।